ਤੁਸੀਂ ਦੇਖ ਰਹੇ ਹੋ ਨਵਰੰਗ ਟੀਵੀ। ਮੈਂ ਡਾਕਟਰ ਸਾਹਿਬ ਨਾਲ ਗੱਲ ਕੀਤੀ, ਕਹਿੰਦੇ ਸਾਰੇ ਮਰੀਜ਼ ਬਿਲਕੁਲ ਠੀਕ ਠਾਕ ਨੇ, ਠੀਕ ਹੈ ਸਾਰੇ, ਕੋਈ ਇਹਦਾ ਸਿਮਟਮ ਨਹੀਂ ਬਣ ਰਿਹਾ। ਇੱਕ ਟੈਸਟ ਲੈਣਾ, ਟੈਸਟ ਤੋਂ ਬਾਅਦ ਪੋਜ਼ਿਟਿਵ ਰਿਪੋਰਟ ਨੈਗੇਟਿਵ ਰਿਪੋਰਟ ਆ ਗਈ ਤੇ ਛੁੱਟੀ ਕਰ ਦੇਣੀ ਤੁਹਾਨੂੰ ਸਾਰਿਆਂ ਨੂੰ। ਜ਼ਿਲ੍ਹਾ ਕਪੂਰਥਲਾ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਜੋ ਵਿਅਕਤੀ ਕੋਰੋਨਾ ਦੇ ਚੱਲਦਿਆਂ ਸਿਹਤ ਵਿਭਾਗ ਵੱਲੋਂ ਆਈਸੋਲੇਟ ਕੀਤੇ ਗਏ ਹਨ, ਉਹਨਾਂ ਵਿੱਚੋਂ ਇੱਕ ਵਿਅਕਤੀ ਨੇ ਵੀਡੀਓ ਵਾਇਰਲ ਕਰਕੇ ਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਪ੍ਰਸ਼ਾਸਨ ਤੱਕ ਪਹੁੰਚਾਉਣ ਦਾ ਯਤਨ ਕੀਤਾ ਸੀ, ਜਿਸ ਤੋਂ ਬਾਅਦ ਇਹਨਾਂ ਮਰੀਜ਼ਾਂ ਦਾ ਦਰਦ ਸਮਝਦੇ ਹੋਏ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਨੇ ਖੁਦ ਇਹਨਾਂ ਮਰੀਜ਼ਾਂ ਨਾਲ ਫੋਨ ਤੇ ਗੱਲਬਾਤ ਕੀਤੀ ਤੇ ਉਹਨਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਸੁਣਿਆ। ਇਸ ਦੌਰਾਨ ਸੋਮ ਪ੍ਰਕਾਸ਼ ਨੇ ਆਈਸੋਲੇਟ ਕੀਤੇ ਇਹਨਾਂ ਵਿਅਕਤੀਆਂ ਨੂੰ ਵਿਸ਼ਵਾਸ ਦਵਾਇਆ ਕਿ ਉਹਨਾਂ ਦੀ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲਬਾਤ ਹੋ ਗਈ ਹੈ ਤੇ ਉਹ ਕਿਸੇ ਵੀ ਪ੍ਰਕਾਰ ਦੀ ਕੋਈ ਸਮੱਸਿਆ ਨਹੀਂ ਆਉਣ ਦੇਣਗੇ। ਆਓ ਤੁਹਾਨੂੰ ਦਿਖਾਉਂਦੇ ਹਾਂ ਸੋਮ ਪ੍ਰਕਾਸ਼ ਦੀ ਆਈਸੋਲੇਟ ਕੀਤੇ ਵਿਅਕਤੀਆਂ ਨਾਲ ਹੋ ਰਹੀ ਗੱਲਬਾਤ ਦੀ ਵੀਡੀਓ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਬੋਲ ਰਹੇ? ਹਾਂਜੀ। ਕੀ ਹਾਲ ਚਾਲ? ਮੈਂ ਸੋਮ ਪ੍ਰਕਾਸ਼ ਬੋਲ ਰਿਹਾ ਜੀ। ਠੀਕ ਹੈ, ਬਹੁਤ ਸੋਹਣਾ ਜੀ। ਹੋਰ ਸਭ ਠੀਕ ਠਾਕ ਚੜ੍ਹਦੀ ਕਲਾ ਚੋਂ? ਹਾਂਜੀ ਠੀਕ ਹੈ ਜੀ। ਕੋਈ ਤਕਲੀਫ ਤਾਂ ਨਹੀਂ? ਕੋਈ ਤਕਲੀਫ ਲੰਗਰ ਪਾਣੀ ਛਕ ਰਹੇ ਆ। ਬਸ ਚਲੋ ਵਧੀਆ, ਲੰਗਰ ਪਾਣੀ ਛਕੋ। ਵੈਸੇ ਮੈਂ ਡਾਕਟਰ ਸਾਹਿਬ ਨਾਲ ਵੀ ਗੱਲ ਕੀਤੀ ਹੈ, ਡੀਸੀ ਸਾਹਿਬ ਨਾਲ ਵੀ ਗੱਲ ਕੀਤੀ, ਕਹਿੰਦੇ ਸਾਰੇ ਠੀਕ ਨੇ, ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈ। ਥੋੜ੍ਹੇ ਦੋ ਤਿੰਨ ਦਿਨ ਚਾਰ ਦਿਨ ਰੱਖਣਾ ਪੈਂਦਾ, ਉਹਦਾ ਮਜਬੂਰੀ ਹੈ, ਅਤੇ ਉਹਦੇ ਬਾਅਦ ਘਰ ਚੱਲ ਜਾਣਾ। ਤੁਸੀਂ ਬੜੇ ਪਵਿੱਤਰ ਸਥਾਨ ਤੋਂ ਆਏ ਹੋ, ਵਾਹਿਗੁਰੂ ਸਾਹਿਬ ਠੀਕ ਕਰੇਗਾ ਜੀ। ਕਿਹੜੀ ਗੁਆੜੇ ਕਿੱਥੇ ਰਹਿੰਦੇ ਹੋ ਤੁਸੀਂ? ਸੁਚੈਣਾ ਸਾਹਿਬ ਕਿਹੜੇ ਮਹੱਲੇ 'ਚ ਰਹਿੰਦੇ ਹੋ? ਅੱਛਾ, ਭੁੱਲਾਰਾਜ ਤੋਂ। ਠੀਕ ਠਾਕ ਹੈ? ਠੀਕ ਠਾਕ ਹੋ? ਮੈਂ ਕਿਹਾ ਅੱਛਾ, ਡਾਕਟਰ ਸਾਹਿਬ ਨੇ ਮੇਰੀ ਗੱਲ ਹੋਈ ਸੀ, ਡੀ ਸੀ ਸਾਹਿਬ ਨੇ ਉਹੀ ਕਹਿੰਦੇ ਸਾਰਿਆਂ ਦੀ ਰਿਪੋਰਟ ਠੀਕ ਆ ਰਹੀ ਹੈ, ਕੋਈ ਘਬਰਾਉਣ ਵਾਲੀ ਗੱਲ ਨਹੀਂ, ਚੜ੍ਹਦੀ ਕਲਾ 'ਚ ਰਹੋ, ਸਭ ਠੀਕ ਹੋ ਜਾਣਾ। ਇੱਕ ਦੋ ਦਿਨਾਂ 'ਚ ਤੁਹਾਡਾ ਟੈਸਟ ਲੈਣਗੇ ਦੁਬਾਰਾ, ਜੇ ਨੈਗੇਟਿਵ ਆ ਜਾਏਗਾ ਫਿਰ ਤੁਹਾਨੂੰ ਛੁੱਟੀ ਕਰ ਦੇਣਗੇ। ਡਾਕਟਰ ਸਾਹਿਬ ਕਹਿੰਦੇ ਸਾਰੀ ਪੇਸ਼ੈਂਟ ਠੀਕ ਰੱਖਦੀ ਸਾਰੇ। ਹਾਂਜੀ, ਇਹਨਾਂ ਦੇ ਟੈਸਟ ਹੋ ਗਏ ਸਾਰੇ ਦੇ, ਉਹਦਾ ਟੈਸਟ ਆਉਣੇ ਵਾਲੇ ਰਿਜ਼ਲਟ, ਜਦੋਂ ਰਿਜ਼ਲਟ ਆ ਜਾਣਗੇ ਫਿਰ ਭੇਜ ਦੇਣੇ ਇਹਨਾਂ ਨੇ, ਕੱਲ ਤੱਕ ਆ ਜਾਣਗੇ ਰਿਜ਼ਲਟ। ਪੁੱਛਿਆ ਮੈਂ, ਉਹਨਾਂ ਨੇ ਗੱਲ ਕੀਤੀ ਹੈ। ਇਸ ਮੌਕੇ ਸੋਮ ਪ੍ਰਕਾਸ਼ ਨੇ ਦੱਸਿਆ ਕਿ ਕੋਰੋਨਾ ਦੀ ਮਹਾਮਾਰੀ ਨਾਲ ਜੋ ਸਥਿਤੀ ਬਣੀ ਹੈ ਉਹ ਕਾਫੀ ਨਿਰਾਸ਼ਾਜਨਕ ਹੈ। ਉਹਨਾਂ ਕਿਹਾ ਕਿ ਜਿਨ੍ਹਾਂ ਵਿਅਕਤੀਆਂ ਨਾਲ ਉਹਨਾਂ ਦੀ ਗੱਲਬਾਤ ਹੋਈ ਹੈ ਉਹਨਾਂ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਕੋਰੋਨਾ ਵਾਇਰਸ ਦੀ ਮਹਾਮਾਰੀ ਨਾਲ ਸਾਰਾ ਦੇਸ਼ ਪ੍ਰਭਾਵਿਤ ਹੈ। ਮੇਰੇ ਹਲਕਾ ਹੁਸ਼ਿਆਰਪੁਰ ਵਿੱਚ ਕਾਫੀ ਮਰੀਜ਼ ਨੇ, ਅੱਜ ਤੱਕ ਫਗਵਾੜੇ ਵਿੱਚ ਜਿਹੜਾ ਕਪੂਰਥਲੇ ਦੇ 10 ਕੇਸ ਨੇ, ਜਿਹਦੇ ਵਿੱਚੋਂ 7 ਕੇਸ ਫਗਵਾੜੇ ਨਾਲ ਸੰਬੰਧਿਤ ਨੇ, ਔਰ ਹੁਸ਼ਿਆਰਪੁਰ 'ਚ 74 ਕੇਸ ਨੇ, 5 ਕੇਸ ਪਹਿਲਾਂ ਸੀ, 79 ਕੇਸ ਨੇ। ਮੈਂ ਅੱਜ ਡਿਪਟੀ ਕਮਿਸ਼ਨਰ ਕਪੂਰਥਲਾ ਨਾਲ ਅਤੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨਾਲ ਉਹਨਾਂ ਦੀ ਗੱਲਬਾਤ ਕੀਤੀ, ਸਿਵਲ ਸਰਜਨ ਨਾਲ ਵੀ ਗੱਲਬਾਤ ਕੀਤੀ। ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਠੀਕ ਤਰ੍ਹਾਂ ਦੇ ਉਹਨਾਂ ਦਾ ਪ੍ਰਬੰਧ ਕੀਤਾ ਹੈ, ਔਰ ਜਲਦੀ ਸਿਹਤ ਠੀਕ ਹੈ, ਉਹਨਾਂ ਦੀ ਜਲਦੀ ਕਾਮਯਾਬ ਸਿਹਤ ਵਿਆਪ ਹੋ ਕੇ ਆਪਣੇ ਘਰਾਂ ਨੂੰ ਚਲੇ ਜਾਣਗੇ। ਔਰ ਮੈਂ ਉਹਨਾਂ ਨਾਲ ਮਰੀਜ਼ਾਂ ਨਾਲ ਵੀ ਆਪ ਗੱਲ ਕਰਕੇ ਉਹਨਾਂ ਦਾ ਹਾਲ ਚਾਲ ਪੁੱਛਿਆ, ਚੜ੍ਹਦੀ ਕਲਾ 'ਚ ਨੇ ਸਾਰੇ, ਔਰ ਇਸ ਮਹਾਂਮਾਰੀ ਤੋਂ ਬਚਣ ਲਈ ਜਿਹੜਾ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਵੀ ਠੀਕ ਤਰ੍ਹਾਂ ਕੰਮ ਕਰ ਰਿਹਾ, ਉੱਥੇ ਸਮਾਜ ਸੇਵੀ ਸੰਸਥਾਵਾਂ ਆਪਣਾ ਪੂਰਾ ਯੋਗਦਾਨ ਪਾ ਰਹੀਆਂ। ਮੈਂ ਉਹਦੀ ਰੋਟੀ ਪਾਣੀ ਦਾ ਪ੍ਰਬੰਧ ਕਰਨ ਦੇ ਵੀ ਉਹਨਾਂ ਨੂੰ ਕਿਹਾ, ਜਦੋਂ ਕਿਸੇ ਨੂੰ ਮੈਂ ਆਪਣਾ ਨੰਬਰ ਦਿੱਤਾ, ਕਿਸੇ ਨੂੰ ਕੋਈ ਤਕਲੀਫ ਹੋਵੇ ਮੈਨੂੰ ਟੈਲੀਫੋਨ 'ਤੇ ਗੱਲ ਕਰ ਸਕਦਾ, ਉਹਦਾ ਹੌਸਲਾ ਵਧਾਇਆ, ਔਰ ਮੈਂ ਆਸ ਕਰਦਾ ਕਿ ਸਾਰੇ ਜਲਦੀ ਸਿਹਤ ਯਾਬ ਹੋ ਕੇ ਘਰ ਆਪਣੇ ਘਰਾਂ ਨੂੰ ਆਉਣਗੇ। ਨਵੀਆਂ ਅਤੇ ਤਾਜ਼ਾ ਤਰੀਨ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਸਾਡਾ ਯੂਟਿਊਬ ਚੈਨਲ ਲਾਈਕ ਕਰੋ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਅਤੇ ਨਾਲ ਹੀ ਦਬਾਓ ਘੰਟੀ ਦਾ ਬਟਨ।